ਗੁੱਡ ਮਾਰਨਿੰਗ ਸਟੂਡੈਂਟ ਅੱਜ ਅਸੀਂ ਕਰਾਂਗੇ ਬੇਟਾ ਲੈਸਨ 25 ਪੰਜਾਬ ਦੇ ਲੋਕ ਗੀਤ ਇਸ ਪਾਠ ਵਿੱਚ ਪੰਜਾਬ ਵਿੱਚ ਖੁਸ਼ੀਆਂ ਗਮੀਆਂ ਤਿਉਹਾਰਾਂ ਜੰਗਾ ਆਦਿ ਮੁਕਿਆਂ ਤੇ ਗਾਇਆ ਜਾਣ ਵਾਲੇ ਲੋਕ ਗੀਤਾਂ ਬਾਰੇ ਦੱਸਿਆ ਗਿਆ ਹੈ ਪੰਜਾਬ ਪੁਰਾਣੇ ਸਮੇਂ ਤੋਂ ਹੀ ਪਰਫੁੱਲਤ ਸੱਭਿਆਚਾਰਕ ਵਿਰਾਸਤ ਦਾ ਕੇਂਦਰ ਰਿਹਾ ਹੈ ਪੰਜਾਬ ਦਾ ਖਾਨਬੀਨ ਪਹਿਰਾਵਾ ਤੇ ਇਸ ਦੇ ਲੋਕ ਗੀਤ ਸਿਰਫ ਭਾਰਤ ਵਿੱਚ ਹੀ ਨਹੀਂ ਬਲਕਿ ਦੂਜੇ ਸੰਸਾਰ ਬਲਕਿ ਸੰਸਾਰ ਵਿੱਚ ਦੂਜੇ ਥਾਵਾਂ ਤੇ ਵੀ ਪ੍ਰਚਲਿਤ ਹਨ ਇਸ ਪਾਠ ਵਿੱਚ ਲੋਕ ਗੀਤਾਂ ਦੀ ਪ੍ਰਸਿੱਧੀ ਬਾਰੇ ਅਸੀਂ ਪੜਾਂਗੇ ਪੰਜਾਬ ਦੀ ਧਰਤੀ ਗੀਤਾਂ ਤੇ ਕਵੀਆਂ ਨਾਲ ਭਰੀ ਹੋਈ ਹੈ ਇੱਥੇ ਹਰ ਮਨੁੱਖੀ ਭਾਵ ਨੂੰ ਗੀਤਾਂ ਰਾਹੀਂ ਪ੍ਰਗਟਾਇਆ ਜਾਂਦਾ ਹੈ ਲੋਕ ਗੀਤ ਮਨੁੱਖੀ ਮਨ ਵਿੱਚ ਉੱਠਣ ਵਾਲੀਆਂ ਰੀਝਾਂ ਸੱਦਰਾ ਉਮੰਗਾ ਸੱਸ ਨੂੰ ਦੀ ਛੇੜਛੜ ਆਦਿ ਦਾ ਕਾਵਮਈ ਪ੍ਰਗਟਾਵਾ ਹੁੰਦਾ ਹੈ ਇਹ ਖੁਸ਼ੀ ਜਾਂ ਗਮੀ ਦੀ ਅਤਿ ਅਵਸਥਾ ਸਮੇਂ ਮਨ ਚੋਂ ਆਪ ਮੁਹਾਰੇ ਹੀ ਫੁੱਟ ਜਾਂਦੇ ਹਨ ਇਹ ਉਹਨਾਂ ਲੋਕ ਕਿਰਦਿਆਂ ਦੀ ਰਚਨਾ ਹੁੰਦੀ ਹਨ ਜਿਹੜੇ ਮਨ ਦੇ ਵੇਗ ਕਾਰਨ ਆਪਣੇ ਆਪ ਹੀ ਮੂੰਹ ਵਿੱਚੋਂ ਨਿਕਲਨੇ ਸ਼ੁਰੂ ਹੋ ਜਾਂਦੇ ਹਨ ਇਨ੍ਹਾਂ ਗੀਤਾਂ ਵਿੱਚ ਕੁਦਰਤੀ ਲਹਿ ਹੁੰਦੀ ਹੈ ਸੁਰ ਤਾਲ ਵੀ ਹੁੰਦਾ ਹੈ ਕਿਉਂਕਿ ਇਨ੍ਹਾਂ ਲੋਕ ਗੀਤਾਂ ਦੇ ਅੰਦਰ ਮਨੁੱਖੀ ਆਤਮਾ ਬੋਲ ਰਹੀ ਹੁੰਦੀ ਹੈ ਲੋਕਗੀਤ ਦੁਨੀਆ ਦੀ ਹਰ ਬੋਲੀ ਵਿੱਚ ਸ਼ਾਮਲ ਹੁੰਦੇ ਹਨ ਉਹਨਾਂ ਬੋਲੀਆਂ ਵਿੱਚ ਵੀ ਜਿਨ੍ਹਾਂ ਦੀ ਕੋਈ ਲਿਪੀ ਨਹੀਂ ਹੁੰਦੀ ਦੂਜੀਆਂ ਬੋਲੀਆਂ ਮੰਗ ਪੰਜਾਬੀ ਵਿੱਚ ਵੀ ਅਨੇਕਾਂ ਲੋਕਗੀਤ ਹਨ ਇਹ ਗੀਤ ਇਸ ਨਜ਼ਰੀਏ ਤੋਂ ਵਦੇਰੇ ਪਾਉ ਪੂਰਨ ਤੇ ਅਸਰਦਾਰ ਹੁੰਦੇ ਹਨ ਇਹ ਜੀਵਨ ਕੋਹਲਾਂ ਤੇ ਸੰਗਰਾਮਾਂ ਦਾ ਜੀਵਨ ਹੁੰਦੇ ਹਨ ਇਸ ਦਾ ਕਾਰਨ ਹੈ ਕਿ ਪੰਜਾਬ ਦੇ ਗੱਬਰੂਆਂ ਤੇ ਮਟਵਾਰਾਂ ਦੇ ਨਸ-ਨਸ ਵਿੱਚ ਇੱਕ ਪਾਸੇ ਉਹਨਾਂ ਸੂਰਬੀਰਾਂ ਦਾ ਲਹੂ ਦੌੜਦਾ ਹੈ ਜਿਨ੍ਹਾਂ ਨੇ ਦੇਸ਼ ਤੇ ਹਮਲਾ ਕਰਨ ਵਾਲੇ ਹਰ ਤਾੜ ਵੀ ਦਾ ਮੂੰਹ ਪੰਨਿਆ ਅਤੇ ਦੂਜੇ ਪਾਸੇ ਸੋਹਣੀ ਮਹੀਵਾਲ ਹੀਰ ਰਾਂਝਾ ਮਿਰਜ਼ਾ ਸਾਹਿਬਾ ਜਿਹੇ ਸੱਚੇ ਪ੍ਰੇਮੀਆਂ ਦਾ ਜਿਨ੍ਹਾਂ ਨੇ ਪ੍ਰੀਤ ਦੀ ਖੁਮਾਰੀ ਵਿੱਚ ਸਮਾਜ ਦੀ ਹਰ ਰੋਕ ਨੂੰ ਅੱਖੋਂ-ਉੱਲੇ ਕਰ ਦਿੱਤਾ ਸੋ ਜਿਸ ਕੌਮ ਦਾ ਜੀਵਨ ਆਧਾਰ ਵੀਰਤਾ ਤੇ ਪ੍ਰੀਤ ਦਾ ਕੀਮਤੀ ਵਿਰਸਾ ਹੋਵੇ ਉਸ ਦੇ ਲੋਕ ਗੀਤਾਂ ਵਿੱਚ ਕਿਉਂ ਨਾ ਬਿਜਲੀ ਦਾ ਕੰਬਾ ਤਲਵਾਰ ਦੀ ਛਣਕ ਤੇ ਵੰਝਲੀ ਦੀ ਤਾਣ ਹੋਵੇ ਪੰਜਾਬੀ ਗੱਬਰੂਆਂ ਤੇ ਮੁਟਿਆਰਾਂ ਦੇ ਬੁੱਲਾਂ ਤੋਂ ਕਿਉਂ ਨਾ ਹਰ ਸਮੇਂ ਇਨ੍ਹਾਂ ਗੀਤਾਂ ਦਾ ਗੁਣਗਾਨ ਨਿਕਲਦਾ ਸੁਣਾਈ ਦਿੰਦਾ ਹੋਵੇ ਪੰਜਾਬੀਆਂ ਦੇ ਲਹੂ ਵਿੱਚ ਗੀਤ ਰਚੇ ਹਨ ਪੰਜਾਬੀ ਜਮਦਾ ਵੀ ਗੀਤਾ ਵਿੱਚ ਹੈ ਪਲਦਾ ਵੀ ਹੈ ਵਿਚਰਦਾ ਵੀ ਹੈ ਇਸ ਦੇ ਜੀਵਨ ਦੀ ਹਰ ਰਸਮ ਹਰ ਰੀਤ ਗੀਤਾਂ ਦੇ ਕੋਮਲ ਰਾਗ ਨਾਲ ਸ਼ੁਰੂ ਹੁੰਦੀ ਹੈ ਜਦੋਂ ਬੱਚਾ ਹਜੇ ਚੋਲੀ ਵਿੱਚ ਹੀ ਹੁੰਦਾ ਹੈ ਤਾਂ ਉਸ ਦੀ ਮਾਂ ਭੂਗਾ ਮਾਸੀਆਂ ਉਸ ਨੂੰ ਮਿੱਠੀ ਪਿਆਰੀ ਆਵਾਜ਼ ਵਿੱਚ ਲੋਰੀਆਂ ਸੁਣਾਉਂਦੀਆਂ ਹਨ ਸੋ ਜਾ ਕਾਕਾ ਤੂੰ ਤੇਰੇ ਬੋਦੇ ਚ ਲੜ ਗਈ ਜੂ ਕੱਢਣ ਵਾਲੀਆਂ ਮਾਸੀਆਂ ਕਢਾਉਣ ਵਾਲਾ ਤੂੰ ਜਾ ਇਹ ਲੋਰੀ ਦਿੱਤੀ ਜਾਂਦੀ ਹੈ ਲੋਰੀ ਮਲੋਰੀ ਦੁੱਧ ਦੀ ਕਟੋਰੀ ਪੀ ਲੈ ਨਿੱਕਿਆ ਲੋਕਾਂ ਤੋਂ ਚੋਰੀ ਕੁੜੀਆਂ ਕਿੱਕਲੀ ਪਾਉਂਦੀਆਂ ਆਪਣੇ ਵੀਰ ਪ੍ਰੇਮ ਨੂੰ ਇਸ ਤਰ੍ਹਾਂ ਪ੍ਰਗਟ ਕਰਦੀਆਂ ਹਨ ਕਿ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਕਈ ਲੋਕ ਗੀਤ ਵਿਦਿਆ ਦੇ ਮਹੱਤਵ ਵੱਲ ਵੀ ਇਸ਼ਾਰਾ ਕਰਦੇ ਹਨ ਬਾਰੀ ਬਰਸੀ ਖਟਣ ਗਿਆ ਸੀ ਖੱਟ ਕੇ ਲਿਆਂਦਾ ਫੀਤਾ ਉਹਦੇ ਨਾਲ ਕੀ ਬੋਲਣਾ ਜਿਨੇ ਬੀਏ ਪਾਸ ਨਹੀਂ ਕੀਤਾ ਵਿਆਹ ਦੇ ਸਮੇਂ ਦਾ ਗੀਤਾਂ ਦੇ ਜਿਵੇਂ ਹੜ ਆ ਜਾਂਦਾ ਹੈ ਵਿਆਹ ਤੋਂ ਕੁਝ ਦਿਨ ਪਹਿਲਾਂ ਘਰ ਵਿੱਚ ਗੋਣ ਬਿਠਾਏ ਜਾਂਦੇ ਹਨ ਕੁੜੀ ਵਾਲੇ ਘਰ ਸੁਹਾਗ ਗਾਏ ਜਾਂਦੇ ਹਨ ਤੇ ਮੁੰਡੇ ਦੇ ਘਰ ਕੋੜੀਆਂ ਗਾਈਆਂ ਜਾਂਦੀਆਂ ਹਨ ਠੀਕ ਹੈ ਨੈਕਸਟ ਪੇਜ ਅਸੀਂ ਨੈਕਸਟ ਕਲਾਸ ਵਿੱਚ ਰੀਡ ਕਰਾਂਗੇ ਤੇ ਅੱਜ ਸੀ ਬਿਟੇ ਇਹਦਾ ਬੁੱਕਵਰਕ ਕੰਪਲੀਟ ਕਰਾਂਗੇ ਤੁਸੀਂ ਸਾਰੇ ਬੱਚਿਆਂ ਨੇ ਆਪਣੀ ਬੁੱਕ ਦੇ ਉੱਪਰ ਬੁੱਕਵਰਕ ਕੰਪਲੀਟ ਕਰਨਾ ਹੈ ਓਕੇ